ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਜਿਹੜੀ ਆਪਾਂ ਵੀਡੀਓ ਪਾਈ ਸੀ ਨਾ ਸ਼ੋਰਸ ਵਾਸਤੇ ਵੀ ਸ਼ੋਰਸ ਦੀਆਂ ਕਿਵੇਂ-ਕਿਵੇਂ ਬੰਦੇ ਨਹੀਂ ਐਡ ਕਰਦੇ ਤੁਸੀਂ ਕਿਵੇਂ ਐਡ ਕਰਾਉਣੀ ਹੈ ਜਿੰਨੇ ਨਹੀਂ ਦੇਖੀਓ ਦੇਖ ਲੋ ਬੰਦਿਆਂ ਤੋਂ ਖਬਰਦਾਰ ਹੁੰਦਾ ਕੋਈ ਬੰਦਾ ਸ਼ੋਰਸ ਤੋਂ ਬਿਨਾ ਨਾ ਰੋ ਡਰਾਈਵਰ ਵੀ ਜਿਹੜਾ ਨੂੰ ਪ੍ਰੋਬਲਮ ਆਉਂਦੀ ਆ ਜਿਹੜੇ ਕਿੰਨੇ ਸ਼ੋਰਸ ਤੋਂ ਬਿਨਾ ਚਲਾ ਦੋ ਨਵੇਂ ਲਾਇਸੈਂਸ ਵਾਲੇ ਨਾ ਨਾ ਚੱਲੋ ਐਵੇਂ ਬਹੁਤ ਕੰਪਨੀਆਂ ਹੈਗੀਆਂ ਜਿਹੜੇ ਨਵੇਂ ਡਰਾਈਵਰ ਨੂੰ ਚੜਾਉਂਦੀਆਂ ਵਾ ਟ੍ਰੇਨਿੰਗ ਵੀ ਦਿੰਦੀਆਂ ਹਨਾ ਤੁਸੀਂ ਇਹ ਤਾਂ ਲੱਗ ਸਕਦੇ ਆ ਕਿਤੇ ਵੀ ਪਰ ਇਹਨਾਂ ਚੱਲੋ ਕਨਫਰਮ ਕਰਵਾਓ ਵੀ ਤੁਸੀਂ ਐਡ ਆਂਕ ਨਹੀਂ ਕਿਉਂਕਿ ਲਾਇਬਿਲਟੀ ਤੁਹਾਡੇ ਤੇ ਵੀ ਆ ਜਾਂਦੀ ਜਦੋਂ ਵੱਡਾ ਪੰਗਾ ਪੈਂਦਾ ਕੰਪਨੀ ਦੀ ਲਾਇਬਿਲਟੀ ਮੁੱਕ ਜਾਂਦੀ ਆ ਫਿਰ ਡਿਪੈਂਡ ਕਰਦਾ ਵਾ ਕਿ ਜਿਹੜੇ ਬੰਦੇ ਨੇ ਸੂ ਕਰਨੀ ਜੇ ਤੇ ਨਾ ਵੀ ਨਾ ਐਡ ਕਰਦੇ ਤੇ ਉਹ ਕਰਦੇ ਵੀ ਆ ਜਦੋਂ ਵੱਡੀ ਸੂ ਹੁੰਦੀ ਆ ਹਨਾ ਤੇ ਇਸ ਕਰਕੇ ਮੈਕ ਸ਼ੂਰ ਕਰੋ ਵੀ ਅੱਜ ਕੱਲ ਜੇ ਵਿਸ਼ਵਾਸ ਨਹੀਂ ਹੈਗਾ ਇਹਨੇ ਧੋਖੇ ਹੋਏ ਯਾਰ ਬਹੁਤ ਜਿਆਦਾ ਧੋਖੇ ਹੋਏ ਆ ਹਨਾ ਕਿਉਂਕਿ ਆਪਾਂ ਗੱਲ ਕੀ ਸ਼ੁਰੂ ਕੀਤੀ ਸੀ ਵੀ ਡਰਾਈਵਰ ਚਾਹੀਦੇ ਸੀ ਐਡ ਪਾਈ ਤੇ ਇਥੋਂ ਇੰਨੇ ਨੇਗੇਟਿਵ ਪੁਆਇੰਟ ਆਏ ਵੀ ਡਰਾਈਵਰ ਅਪਦੇਸ ਯਾਰਾ ਕੰਮ ਨਾ ਕਰੋ ਐਵੇਂ ਕੀਤਾ ਮੇਰੇ ਨਾਲ ਐਵੇਂ ਕੀਤਾ ਐਵੇਂ ਕੀਤਾ ਤੇ ਆਪਾਂ ਉੱਥੋਂ ਚੱਲ ਪਏ ਸੋ ਜਦੋਂ ਤੁਸੀਂ ਕੰਮ ਕਰਨਾ ਉਹਨੂੰ ਕਹੋ ਕਿ ਮੈਨੂੰ ਇੰਸ਼ੋਰੈਂਸ ਦਾ ਸਰਟੀਫਿਕੇਟ ਉਹ ਜਿਹੜਾ ਉਹ ਈਮੇਲ ਕਰੋ ਈਮੇਲ ਉੱਥੋਂ ਜਿਹੜੀ ਇੰਸ਼ੋਰੈਂਸ ਵਾਲੇ ਕੋਲੋਂ ਏਜੰਟ ਕੋਲੋਂ ਨਾ ਕਿ ਉਹ ਆਪ ਦੇ ਤੁਹਾਨੂੰ ਕਹ ਮੇਰਾ ਨਾਮ ਐਡ ਕਰਾ ਕੇ ਸਰਟੀਫਿਕੇਟ ਭੇਜ ਮੈਨੂੰ ਆਪਣੀ ਈਮੇਲ ਤੋਂ ਉਹਦੇ ਏਜੰਟ ਦੀ ਈਮੇਲ ਤੋਂ ਤੁਹਾਨੂੰ ਸਰਟੀਫਿਕੇਟ ਆਵੇ ਤੇ ਫਿਰ ਇਥੇ ਹੁੰਦਾ ਕੈنسਲੇਸ਼ਨ ਨੋਟਿਸ ਉਹ ਵੀ ਵਿੱਚ ਐਡ ਕਰਨਾ ਉਹ ਤੇ ਪਹਿਲਾਂ ਉੱਤੇ ਨਾਮ ਲਿਖਾ ਹੋਊਗਾ ਤੇ ਅੱਡਾ ਉੱਤੇ ਥੱਲੇ ਲਿਖਾ ਹੋਊਗਾ ਕੈਸਲੇਸ਼ਨ ਨੋਟਿਸ ਵੀ ਹੋਊਗਾ ਜਦੋਂ ਕੈਸਲ ਕਰੂਗਾ 15 ਦਿਨ ਪਹਿਲਾਂ ਇੰਸ਼ੋਰਸ ਤੋਂ ਤੁਹਾਡਾ ਨਾਮ ਕੱਢਣ ਤੋਂ ਪਹਿਲਾਂ ਉਹ ਤੁਹਾਨੂੰ ਕੈਸਲੇਸ਼ਨ ਨੋਟਿਸ ਭੇਜਣਗੇ ਜੇ ਕਿਸੇ ਨੇ ਤੁਸੀਂ ਟਰੱਕ ਲਾਇਆ ਹੋਇਆ ਵਾ ਤਾਂ ਵੀ ਐਵੇਂ ਹੀ ਕਰੋ ਉਹਦੀ ਵੀਡੀਓ ਪਾਈ ਜਾ ਕੇ ਦੇਖੋ ਐਵੇਂ ਹੀ ਬੰਦੇ ਦੇ ਨਾਲ ਹੋਇਆ ਵਾ ਉਹਦਾ ਟਰੱਕ ਨਹੀਂ ਹੀ ਐਡ ਕੀਤਾ ਉਨਾ ਇਸ ਕਰਕੇ ਤੇ ਉਸ ਵੀਡੀਓ ਦੇ ਉੱਤੇ ਇੱਕ ਆਪਣੇ ਵੀਰ ਨੇ ਕਮੈਂਟ ਛੱਡਿਆ ਕਿ ਤੂੰ ਕਹਵੇਂ ਕਹੀ ਜਾਂਦਾ ਵਾ ਤੇ ਪਰ ਹੈਲਥ ਕਵਰੇਜ ਨਹੀਂ ਕਰਦੀ ਇੰਸ਼ੋਰੈਂਸ ਟਰੱਕ ਵਾਲੀ ਬਿਲਕੁਲ ਨਹੀਂ ਕਰਦੀ ਹੈਲਥ ਕਵਰੇਜ ਥੋੜੀ ਆਹੋ ਪਰ ਐਕਸੀਡੈਂਟ ਕਵਰੇਜ ਕਰਦੀ ਇਹ ਨਾਲ ਜੋ ਟਰੱਕ ਦੀ ਇੰਸ਼ੋਰੈਂਸ ਆ ਟਰੱਕ ਦੀ ਕਵਰੇਜ ਨੇ ਤੇ あれ ਬੰਦਾ ਜਿਹੜੀ ਕਵਰ ਕਰਨਾ ਬਟ ਜਦੋਂ ਐਕਸੀਡੈਂਟ ਹੁੰਦਾ ਨਾ ਉਹ ਹਲਥ ਪਨੀ ਹੁੰਦੀ ਫਿਰ ਹਨਾ ਹੈਲਥ ਗੋਜ ਤੇ ਬਿਮਾਰ ਹੋ ਗਿਓ ਵੱਖਰੀ ਜਾਂ ਇੰਸ਼ੋਰੈਂਸ ਆਪਾਂ ਕਰਾਉਣੀ ਹੁੰਦੀ ਜਦੋਂ ਐਕਸੀਡੈਂਟ ਹੋ ਗਿਆ ਨਾ ਪਾਰਟ ਆਫ ਐਕਸੀਡੈਂਟ ਵਾ ਉਹ ਲਾਇਬਿਲਟੀ ਜਾਂ ਜਨਰਲ ਲਾਇਬਿਲਟੀ ਇੰਸ਼ੋਰੈਂਸ ਕਵਰ ਕਰਦੀ ਹੈ ਥਰਡ ਪਾਰਟੀ ਦਾ ਵੀ ਤੇ ਡਰਾਈਵਰ ਦਾ ਵੀ ਜੇ ਕੁਝ ਹੋ ਜੇ ਸੋ ਮੇਕ ਸ਼ੋਰ ਕਰੋ ਕਿ ਤੁਸੀਂ ਟਰੱਕ ਤੇ ਚੜ੍ਹੇ ਹੋਇਆ ਤਾਂ ਇੰਸ਼ੋਰੈਂਸ ਹੈਗੀ ਆ ਕੱਲੋਂ ਤੁਹਾਨੂੰ ਕੋਝ ਹੋ ਜੇ ਤਾਂ 2 ਲੱਖ ਦਾ 3 ਲੱਖ ਦਾ ਮਿਲੀਅਨ ਦਾ ਡਾਲਰ ਦਾ ਬਿੱਲ ਆ ਜਾਂਦਾ ਇੱਥੇ ਤੁਹਾਡੀ ਜ਼ਿੰਦਗੀ ਖਰਾਬ ਹੋਗੀ ਦਾਂ ਕ੍ਰੈਫਟ ਕੀਤੀ 7 ਸਾਲ ਲੱਗ ਜਾਣੇ ਕਲੀਅਰ ਹੁੰਦੇ ਆ ਹਨਾ ਕੁਝ ਕੋਨਾ ਚੱਕਾ ਜੇ ਘਰਕੂਰ ਹੋਇਆ ਤੇ 50 60 ਹਜ਼ਾਰ